ਦੋਸਤੋ ਜੇ ਤੁਸੀਂ 8ਵੀਂ ਪਾਸ ਹੋ ਤਾਂ ਇਹ ਜੋਬ ਰਿਕਰੂਟਮੈਂਟ ਦੀ ਵੀਡੀਓ ਤੁਹਾਡੇ ਲਈ ਹੈ ਦੋਸਤੋ ਪੀਐਨਡੀ ਪੋਸਟ ਨੇ ਟੋਟਲ ਨੰਬਰ ਆਫ ਪੋਸਟ ਦੀ ਗੱਲ ਕਰੀਏ ਚਾਰ ਪੋਸਟਾਂ ਨੇ ਤੇ ਸੈਲਰੀ ਦੀ ਗੱਲ ਕਰੀਏ 10880 ਤੋਂ ਲੈ ਕੇ +1650 ਗ੍ਰੇਡ ਪੀਐਥੀਐਨ ਨੇ ਮੈਂਸ਼ਨ ਕੀਤੀ ਹੋਈ ਹੈ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ 8ਵੀਂ ਪਾਸ ਵਿਦ ਪੰਜਾਬੀ ਸਬਜੈਕਟ ਨਾਲ ਪਾਸ ਹੋਣੇ ਤੁਸੀਂ ਚਾਹੀਦੇ ਹੋ ਤੇ ਇਸ ਲਿਮਟ ਦੀ ਗੱਲ ਕਰ ਲਈਏ 18 ਤੋਂ 35 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਐਂਡ ਸੈਕੰਡ ਪੋਸਟ ਦੀ ਗੱਲ ਕਰੀਏ ਸਵੀਪਰ ਕੰਮ ਚੌਕੀਦਾਰ ਦੀ ਪੋਸਟ ਹੈ ਟੋਟਲ ਇੱਕ ਪੋਸਟ ਹੈ ਤੇ ਸੈਲਰੀ ਸੇਮ ਹੈ ਇੱਥੇ 10680 ਤੋਂ ਲੈ ਕੇ 1650 ਜਿਹੜੀ ਗ੍ਰੇਡ ਪੀ ਇੱਥੇ ਨੇ ਮੈਂਸ਼ਨ ਕੀਤੀ ਹੈ ਤੇ ਕੁਆਲਿਫੀਕੇਸ਼ਨ ਵੀ ਸੇਮ ਹੈ 8ਵੀਂ ਪਾਸ ਵਿਦ ਪੰਜਾਬੀ ਸਬਜੈਕਟ ਨਾਲ ਪਾਸ ਹੁੰਦਾ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਏਜ ਲਿਮਿਟ 18 ਤੋਂ 35 ਸਾਲ ਇੱਥੇ ਸੇਮ ਮੈਂਸ਼ਨ ਕੀਤੀ ਹੋਈ ਹੈ ਹੁਣ ਆਪਾਂ ਗੱਲ ਕਰ ਲਈਨੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਿਵੇਂ ਕਰ ਸਕਦੇ ਹੋ ਦੋਸਤੋ ਆਫਲਾਈਨ ਤੁਹਾਨੂੰ ਅਪਲਾਈ ਕਰਨਾ ਪਵੇਗਾ ਇਸ ਦਾ ਪਰਫਾਰਮਾ ਡਾਊਨਲੋਡ ਕਰਨਾ ਪਵੇਗਾ ਜੇ ਤੁਸੀਂ ਡਾਊਨਲੋਡ ਕਰ ਲਓਗੇ ਤਾਂ ਠੀਕ ਹੈ ਵਰਨਾ ਮੈਨੂੰ ਟੈਲੀਗ੍ਰਾਮ ਤੇ ਜੁਆਇਨ ਕਰ ਲਓ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾਂ ਮੈਨੂੰ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ WhatsApp ਗਰੁੱਪ ਤੇ ਟੈਲੀਗ੍ਰਾਮ ਦਾ ਲਿੰਕ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਉੱਥੇ ਜੁਆਇਨ ਕਰ ਲਓ ਤਾਂ ਮੈਂ ਇਹ ਪਰਫਾਰਮਾ ਤੁਹਾਨੂੰ ਡਾਊਨਲੋਡ ਕਰਕੇ ਆਪਣੇ WhatsApp ਗਰੁੱਪ 'ਇਆ ਟੈਲੀਗ੍ਰਾਮ ਤੇ ਤੁਹਾਨੂੰ ਸੈਂਡ ਕਰ ਦਿਆਵ ਇਥੇ ਜਿਹੜੀ ਪੋਸਟ ਵਾਸਤੇ ਅਪਲਾਈ ਕਰ ਰਹੇ ਹੋ ਉਹਨੇ ਨਾਮ ਲਿਖ ਦਾਂਗੇ ਪੀਐਨ ਜਾਂ ਸਵੀਪਰ ਦੀ ਜਿਹੜੀ ਵੀ ਪੋਸਟ ਆ ਆਪਣੀ ਫੋਟੋਗ੍ਰਾਫ ਲਗਾਉਣੀ ਆ ਨੇਮ ਫਾਦਰ ਨੇਮ ਡੇਟ ਆਫ ਬਰਥ ਆਪਣੀ ਏਜ ਵੀ ਕਿੰਨੇ ਸਾਲਾਂ ਦੀ ਹੋ ਚੁੱਕੇ ਹੋ ਤੁਸੀਂ ਕੁਆਲਿਫਿਕੇਸ਼ਨ ਸੈਕਸ ਆਪਣਾ ਮੇਲ ਹੋਇਆ ਫੀਮੇਲ ਕੈਟਾਗਰੀ ਆਪਣੀ ਐਸਸੀ ਐਸਟੀ ਜੋ ਵੀ ਕੈਟਾਗਰੀ ਇੱਥੇ ਲਿਖ ਦਾਂਗੇ ਉਸ ਤੋਂ ਬਾਅਦ ਨੈਸ਼ਨੈਲਿਟੀ ਲਿਖਣੀ ਹੈ ਇੰਡੀਅਨ ਆਪਾਂ ਇੱਥੇ ਫਿਲ ਕਰ ਦਾਂਗੇ ਜੇ ਕਿਸੇ ਕੰਮ ਦਾ ਐਕਸਪੀਰੀਅੰਸ ਤਾਂ ਹੈ ਯੈਸ ਨਹੀਂ ਤਾਂ ਆਪਾਂ ਇੱਥੇ ਨੋ ਲਿਖ ਦੇ ਦਾਂਗੇ ਇਸ ਤੋਂ ਬਾਅਦ نیچے ਪੁੱਛਿਆ ਕਿ ਕੋਈ ਐਫ ਆਈ ਆਰ ਹੈ ਤੁਹਾਡੇ ਸਭ ਤੋਂ ਪਹਿਲੇ ਆਪਣਾ ਐਡਰੈਸ ਲਿਖਣਾ ਅਤੇ ਪਰਮਾਨੈਂਟ ਐਡਰੈਸ ਮੋਬਾਈਲ ਨੰਬਰ ਪੂਰ ਕਰਨਾ ਤੁਹਾਨੂੰ ਜਸਟ ਐਟ ਸਿਗਨੇਚਰ ਕਰਨੇ ਆ ਹੁਣ ਕੀ ਕਰਨਾ ਤੁਸੀਂ ਬੁੱਕਸਟੋਰ ਤੇ ਜਾਣਾ ਉੱਥੇ ਕਿ ਐਨਵਲਪ ਮਿਲਦਾ ਹੈ ਡਾਕਖਾਨੇ ਵਿੱਚ ਜਿਹੜਾ ਲਿਫਾਫਾ ਹੁੰਦਾ ਸਾਰੇ ਜਿਹੜੇ ਡਾਕੂਮੈਂਟ ਹੋਣਗੇ ਤੁਹਾਡੇ ਅੱਠਵੇਂ ਦਾ ਆਧਾਰ ਕਾਰਡ ਵੋਟਰ ਕਾਰਡ ਸਾਰੇ ਡਾਕੂਮੈਂਟ ਇਸ ਪਰਫੋਮੇ ਨਾਲ ਅਟੈਚ ਕਰਕੇ ਉਸ ਐਨਵਲਪ ਰੈਪਰ ਦੇ ਅੰਦਰ ਪਾ ਕੇ ਜਾਣਾ ਡਾਕਖਾਨੇ ਵਿੱਚ ਜਾਣਾ ਅਤੇ ਇਹਨਾਂ ਦੇ ਸਥਿਤ ਹੋਏ ਪਤੇ ਉੱਪਰ ਆਪਾਂ ਸੈਂਡ ਕਰ ਦਾਂਗੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ